ਕੋਰੋਨਾ ਵਾਇਰਸ ਨੇ ਲੋਕਾਂ ਦੇ ਚਾਵਾਂ ਨੂੰ ਕੀਤਾ ਖੋਰਾ। ਇਸ ਪਰਿਵਾਰ ਨੇ ਸਾਦੇ ਢੰਗ ਨਾਲ ਵਿਆਹ ਕੀਤਾ ਹੈ। ਮੈਰਿਜ ਪੈਲੇਸ ਵਿੱਚ ਰੱਖਿਆ ਪ੍ਰੋਗਰਾਮ ਕੈਂਸਲ ਕਰਕੇ ਘਰ ਅੰਦਰ ਚੁਣਿੰਦਾ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਲਾਹ ਮੰਨ ਕੇ ਆਪਣੇ ਬੇਟੇ ਦਾ ਵਿਆਹ ਨਿਸ਼ਚਿਤ ਦਿਨ ਤੋਂ ਹੀ ਪਹਿਲਾਂ ਕਰ ਲਿਆ ਹੈ ਅਤੇ ਇਕੱਠ ਨਾ ਕਰਕੇ ਕੋਰੋਨਾ ਵਾਇਰਸ ਖਿਲਾਫ ਸਰਕਾਰ ਦੀ ਮੁਹਿੰਮ ਦਾ ਸਹਿਯੋਗ ਦਿੱਤਾ ਹੈ। ਅਤੇ ਲਾੜੇ ਤੇ ਲਾੜੀ ਨੇ ਵੀ ਲੋਕਾਂ ਨੂੰ ਆਪਣੇ ਸਮਾਗਮ ਸਾਦੇ ਢੰਗ ਨਾਲ ਨੇਪਰੇ ਚਾੜਨ ਦੀ ਅਪੀਲ ਕੀਤੀ ਹੈ। ਜਿੱਦਾਂ ਅਸੀਂ ਆਪਦੇ ਵਿਆਹ ਦੀਆਂ ਸਾਰੀਆਂ ਰਸਮਾਂ ਗੁਰਦੁਆਰੇ ਵਿੱਚ ਇੱਕ ਛੋਟੇ ਜਿਹੇ ਸਮੂਹ ਦੇ ਵਿੱਚ ਕੀਤੀਆਂ ਅਤੇ ਜਿਹੜੀਆਂ ਹੋਰ ਰਸਮਾਂ ਸੀ ਉਹ ਅਸੀਂ ਘਰ ਦੇ ਵਿੱਚ ਹੀ ਆਪਦੇ ਫੈਮਿਲੀ ਮੈਂਬਰਸ ਨਾਲ ਕੀਤੀਆਂ। ਅਸੀਂ ਤੁਹਾਨੂੰ ਸਭ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਐਵੇਂ ਹੀ ਛੋਟੇ ਜਿਹੇ ਸਮੂਹ ਨਾਲ ਵਾਇਰਸ ਤੋਂ ਬਚਣ ਲਈ ਐਵੇਂ ਹੀ ਆਪਦਾ ਆਪਦੇ ਫੰਕਸ਼ਨਸ ਕਰਦੇ ਰਹੋ ਅਤੇ ਖੁਸ਼ੀਆਂ ਮਨਾਉਂਦੇ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਸਰਕਾਰ ਦੇ ਆਪਣੇ ਪ੍ਰਧਾਨ ਮੰਤਰੀ ਜੀ ਨੇ ਐਲਾਨ ਕੀਤਾ ਹੈਗਾ ਕਿ ਜਨਤਾ ਕਰਫਿਊ ਦਾ, ਇਸ ਲਈ ਸਾਡਾ ਜਿਹੜਾ ਸੀਗਾ 22 ਤਰੀਕ ਨੂੰ ਮੈਰਿਜ ਸੀ ਅਤੇ ਅਸੀਂ ਉਹ ਸ਼ਿਫਟ ਕਰਕੇ 21 ਤਰੀਕ ਨੂੰ ਕਰਦੇ ਅਤੇ ਅਸੀਂ ਜਿੰਨਾ ਉਹਨਾਂ ਨੇ ਕਿਹਾ ਸੀਗਾ ਉਸ ਤੋਂ ਵੀ ਘੱਟ ਘੱਟ ਕਰਦੇ ਹੋਏ ਉੱਥੇ ਬਰਾਤ ਲੈ ਕੇ ਗਏ ਅਤੇ ਆਪਦਾ ਵਿਆਹ ਇੱਕ ਦਿਨ ਪਹਿਲਾਂ ਹੀ ਸੰਪੂਰਨ ਕਰ ਲਿਆ। ਅਤੇ ਅਸੀਂ ਜਿੱਦਾਂ ਅਸੀਂ ਆਪਦੇ ਪਰਿਵਾਰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਇਸ ਵਾਇਰਸ ਤੋਂ ਬਚਾਅ ਕੀਤਾ ਹੈਗਾ, ਇਸੇ ਤਰ੍ਹਾਂ ਹੀ ਅਸੀਂ ਕਹਾਂਗੇ ਬਾਕੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਅਤੇ ਜਿਵੇਂ ਕਿ ਪ੍ਰਧਾਨ ਮੰਤਰੀ ਜੀ ਦੇ ਹੁਕਮ ਹੈਗੇ ਆ ਉਸੇ ਅਨੁਸਾਰ ਸਾਰਾ ਕੁਝ ਕਰਨਾ ਚਾਹੀਦਾ। ਦੇਸ਼ ਅਤੇ ਦੁਨੀਆ ਦੇ ਨਾਲ ਨਾਲ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਆ ਉਹਨੂੰ ਲੈ ਕੇ ਪਿਛਲੇ ਦਿਨ ਪ੍ਰਧਾਨ ਮੰਤਰੀ ਜੀ ਨੇ ਅਪੀਲ ਕੀਤੀ ਸੀ ਕਿ 22 ਤਰੀਕ ਨੂੰ ਬੰਦ ਰੱਖਿਆ ਜਾਵੇ। ਇਸ ਦਿਨ ਮੇਰੇ ਬੇਟੇ ਹਰਿੰਦਰ ਦੀ ਸ਼ਾਦੀ ਸੀਗੀ, ਅਸੀਂ ਸਾਰਿਆਂ ਨੇ ਪਰਿਵਾਰ ਮੈਂਬਰਾਂ ਨੇ ਫੈਸਲਾ ਕੀਤਾ ਕਿ ਉਸ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਉਹ ਮੰਨਦੇ ਹੋਏ ਉਹਨਾਂ ਦੀ ਅਪੀਲ ਨੂੰ ਅਸੀਂ ਜਿਹੜਾ ਸ਼ਾਦੀ ਦੀਆਂ ਰਸਮਾਂ ਸੀ ਉਹ ਇੱਕ ਦਿਨ ਪਹਿਲਾਂ ਕਰ ਲਈਆਂ ਔਰ ਉਹ ਵੀ ਇੰਨੇ ਸਾਦਾ ਢੰਗ ਨਾਲ ਕਿ ਜਿੰਨੇ ਉਹਨਾਂ ਨੇ ਕਿਹਾ ਸੀ ਕਿ 20 ਬੰਦਿਆਂ ਦਾ ਇਕੱਠ ਚਾਹੀਦਾ ਸੀ ਉਸ ਤੋਂ ਵੀ ਘੱਟ ਜਿਹੜੀ ਬਰਾਤ ਲੈ ਕੇ ਗਏ ਔਰ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਕਰਕੇ ਵਾਪਸ ਆਏ ਅਤੇ ਬਾਕੀ ਸਾਰੀਆਂ ਜਿਹੜੀਆਂ ਰਸਮਾਂ ਸੀਗੀਆਂ ਉਹ ਵੀ ਅਸੀਂ ਕਿਸੇ ਪੈਲਸ ਜਾਂ ਕਿਸੇ ਹੋਰ ਸਮਾਗਮ ਵਿੱਚ ਵੱਡਾ ਸਮਾਗਮ ਕਰਨ ਦੀ ਬਜਾਏ ਅਸੀਂ ਆਪਣੇ ਘਰ ਵਿੱਚ ਹੀ ਕੀਤੀਆਂ ਅਤੇ ਬਾਕੀ ਸਾਰੇ ਸਮਾਗਮ ਮੁਲਤਵੀ ਕਰ ਦਿੱਤੇ ਤਾਂ ਕਿ ਜਿਹੜਾ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਤਾਂ ਕਿ ਅਸੀਂ ਵੀ ਬਚਾਉਣ ਦੇ ਵਿੱਚ ਆਪਣਾ ਰੋਲ ਅਦਾ ਕਰ ਸਕੀਏ ਅਤੇ ਲੋਕਾਂ ਨੂੰ ਜਾਗਰੂਕ ਕਰ ਸਕੀਏ। ਲੋਕਾਂ ਨੂੰ ਵੀ ਕਹਾਂਗੇ ਕਿ ਆਪਣੇ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਫੰਕਸ਼ਨ ਆ ਉਹ ਇਸੇ ਤਰ੍ਹਾਂ ਨਿਪਟਾਉਣ ਤਾਂ ਕਿ ਲੋਕ ਇਸ ਬਿਮਾਰੀ ਤੋਂ ਬਚ ਸਕਣ। ਮੈਰਿਜ ਪੈਲੇਸ ਦੇ ਵਿੱਚ ਜ਼ਿਆਦਾ ਇਕੱਠ ਕਰਨ ਦੇ ਉਲਟ ਆਪਣੇ ਘਰ ਦੇ ਕੁਝ ਮੈਂਬਰਾਂ ਦੇ ਨਾਲ ਹੀ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ। ਲਾੜੇ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੇ ਫੈਸਲੇ ਦੇ ਨਾਲ ਹਾਂ। ਹਾਂਜੀ, ਅਸੀਂ ਤਾਂ ਸਾਡੇ ਤਾਂ ਤਿਆਰੀਆਂ ਲਗਭਗ ਸਾਰੀਆਂ ਕੰਪਲੀਟ ਸੀਗੀਆਂ ਅਤੇ ਸਾਰੇ ਆਰਕੈਸਟਾ ਵਗੈਰਾ ਗੱਡੀਆਂ ਵਗੈਰਾ ਦਾ ਅਰੇਂਜਮੈਂਟ ਕੀਤਾ ਹੋਇਆ ਸੀਗਾ, 1000 ਬੰਦੇ ਅਰੇਂਜਮੈਂਟ ਸੀਗਾ ਆਪਣੇ ਅਤੇ ਪਰ ਜਿਹੜਾ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਬੰਦ ਦਾ ਐਲਾਨ ਕੀਤਾ ਉਹਦੇ ਮੱਦੇਨਜ਼ਰ ਅਸੀਂ ਆਪਦਾ ਜਿਹੜਾ ਵਿਆਹ ਦਾ ਪ੍ਰੋਗਰਾਮ ਸੀਗਾ ਉਹ ਕੈਂਸਲ ਕਰ ਰਹੇ ਹਾਂ। ਪਰ ਫਿਰ ਵੀ ਵਿੱਚ ਹੁਣ ਗੌਰਮੈਂਟ ਦੇ ਦੇਖਦੇ ਹੋਏ ਅਸੀਂ ਗੌਰਮੈਂਟ ਦਾ ਸਾਥ ਵੀ ਦੇ ਰਹੇ ਹਾਂ, ਪਰ ਇੱਕ ਵੱਲੋਂ ਸਾਨੂੰ ਦੁੱਖ ਵੀ ਹੋ ਰਿਹਾ ਕਿ ਸਾਡੇ ਜਿਹੜੇ ਚਾਅ ਸੀਗੇ ਉਹ ਅਧੂਰੇ ਰਹਿ ਗਏ। ਪਰ ਫਿਰ ਵੀ ਅਸੀਂ ਇਹਦੇ ਮੱਦੇਨਜ਼ਰ ਜਿਹੜੀ ਬਿਮਾਰੀ ਚੱਲ ਰਹੀ ਹੈ ਕਿ ਇਹਦੇ ਮੱਦੇਨਜ਼ਰ ਅਸੀਂ ਆਪਦੇ ਜਿਹੜੇ ਪ੍ਰੋਗਰਾਮ ਨੇ ਕੈਂਸਲ ਕਰ ਰਹੇ ਹਾਂ। ਪਰ ਇੱਕ ਅਸੀਂ ਗੌਰਮੈਂਟ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਿਹੜੀ ਬਿਮਾਰੀ ਫੈਲੀ ਹੋਈ ਹੈ ਇਹਦਾ ਛੇਤੀ ਛੇਤੀ ਹੱਲ ਲੱਭੇ ਅਤੇ ਜਿਹੜੇ ਲੋਕ ਇਹਦਾ ਹੁਣ ਆਪਣੇ ਇਕੱਲਿਆਂ ਦਾ ਨਹੀਂ ਹੋਇਆ, ਬਹੁਤ ਲੋਕਾਂ ਦਾ ਹੋਇਆ। ਪਰ ਇਸ ਤਰ੍ਹਾਂ ਕਹਿੰਦੇ ਗੌਰਮੈਂਟ ਨੂੰ ਕਿ ਜਲਦੀ ਜਲਦੀ ਇਹ ਚੀਜ਼ ਦਾ ਹੱਲ ਲੱਭਿਆ ਜਾਵੇ। ਇਹ ਪ੍ਰੋਗਰਾਮ ਸਾਡਾ ਇਸ ਤਰ੍ਹਾਂ ਸੀ, 12 ਫਰਵਰੀ ਤੋਂ ਲੈ ਕੇ ਜੀ ਰੈਗੂਲਰ ਸਾਡੇ ਵਿਆਹ 13 ਚੱਲ ਰਹੀਆਂ ਨੇ। ਹਰ ਇੱਕ ਜਗ੍ਹਾ ਸੀਗੇ ਮੈਂ ਆਰਕੈਸਟਰਾ ਵਗੈਰਾ 50% ਪੇਮੈਂਟ ਕਰ ਚੁੱਕੇ ਹਾਂ, ਤਕਰੀਬਨ ਗੱਡੀਆਂ 30-35 ਦੇ ਕਰੀਬ ਅਸੀਂ ਸਾਡੀ ਉਹਨਾਂ ਨੂੰ ਸਾਈਜ਼ ਦੇ ਚੁੱਕੇ ਹਾਂ ਜੀ। ਮਤਲਬ ਹਰ ਇੱਕ ਜਗ੍ਹਾ ਦੇ ਵਿੱਚ ਇਲਾ ਸਟੂਡੀਓ ਵਗੈਰਾ ਕੰਪਲੀਟ ਮੇਰੀਆਂ ਸਾਈਆਂ ਜਾ ਚੁੱਕੀਆਂ ਨੇ। ਪਰ ਫਿਰ ਸਾਨੂੰ ਜਦੋਂ ਪਤਾ ਲੱਗਿਆ ਕਰੋਨਾ ਵਾਇਰਸ ਬਾਰੇ ਗੌਰਮੈਂਟ ਦੇ ਫੈਸਲੇ 'ਤੇ ਅਸੀਂ ਮੱਦੇਨਜ਼ਰ ਰੱਖਦੇ ਹੋਏ ਆਪਣੇ ਉੱਤੇ ਫੁੱਲ ਕੰਟਰੋਲ ਕਰਕੇ, ਪਰ ਲੇਕਿਨ ਫਿਰ ਵੀ ਸਾਡੇ ਵਿਆਹ ਦੀਆਂ ਵਿਆਹ ਦੇ ਸਾਡੇ ਜਿਹੜੇ ਸਗਨ ਪੂਰੇ ਅਧੂਰੇ ਹੋ ਚੁੱਕੇ ਨੇ, ਮਨ ਖੁਸ਼ ਨਹੀਂ ਹੋ ਰਿਹਾ। ਫਿਰ ਵੀ ਲੇਕਿਨ ਅਸੀਂ ਗੌਰਮੈਂਟ ਦੇ ਨਾਲ ਚੰਗੀ ਤਰ੍ਹਾਂ ਸਹਿਮਤ ਹਾਂ, ਬਿਮਾਰੀ ਦੇ ਖਤਰੇ ਨੂੰ ਜਾਣਦੇ ਹੋਏ ਅਸੀਂ ਬਿਲਕੁਲ ਬਚਾਅ ਕਰ ਰਹੇ ਹਾਂ, ਘੱਟ ਤੋਂ ਘੱਟ ਖਰਚਾ ਆਪਣਾ ਇਕੱਠ ਕਰ ਰਹੇ ਹਾਂ ਜੀ। ਜਿਹੜਾ ਨੰਦਾਂ ਦਾ ਪ੍ਰੋਗਰਾਮ ਵੀ 5-4 ਬੰਦੇ ਜਾ ਕੇ ਅਸੀਂ ਨੰਦ ਲੈ ਕੇ ਆ ਰਹੇ ਹਾਂ। ਬਾਬਾ ਸੁਲਤਾਨ ਖਾਨ, ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ, 2 ਘੰਟੇ ਵਿੱਚ ਘਰ ਬੈਠੇ ਗਰੰਟਿਡ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਲਵ ਮੈਰਿਜ, ਮਨਚਾਹਾ ਪਿਆਰ, ਘਰੇਲੂ ਕਲੇਸ਼, ਕਿੱਤਾ ਕਰਾਇਆ, ਮਾਤਾ ਪਿਤਾ ਨੂੰ ਮਨਾਉਣਾ, ਪੀਆਰ 'ਚ ਰੁਕਾਵਟ, ਸੌਤਨ ਦੁਸ਼ਮਣ ਦਾ ਨਾਸ਼, ਲਾਟਰੀ ਕੋਈ ਵੀ ਹੋਵੇ, ਲੋਟੋ ਮੈਕਸ ਜਾਂ ਮੈਗਾ ਮਿਲੀਅਨ ਜ਼ਰੂਰ ਨਿਕਲੇਗੀ। ਬਾਬਾ ਸੁਲਤਾਨ ਖਾਨ, 98763-53-028।